ਕੀਤੀ ਸੀ ਨਾਟਕ ਕਰਦੀ ਹੈ ਨਾਟਕ ਕਰਦੀ। ਹੈਲੋ ਗਾਈਸ, ਸੇਬ ਖਾ ਲੋ ਗਾਈਸ, ਏਸੀ ਲਵਾ ਲਿਆ ਕਹਿੰਦੇ। ਹਾਂਜੀ, ਗੁੱਡ ਮਾਰਨਿੰਗ ਮਿੱਤਰੋ, ਤੇ ਕੀ ਹਾਲ ਚਾਲ ਸਾਰਿਆਂ ਦਾ, ਤੇ ਵੈਲਕਮ ਬੈਕ ਟੂ ਆਰ ਚੈਨਲ ਵਾਸੂ ਵਲੌਗਸ। ਤੇ ਕਿੰਨਾ ਟਾਈਮ ਹੋ ਗਿਆ, ਤੂੰ ਸੁੱਤੀ ਸੀ? ਨਾਟਕ ਕਰਦੀ ਹੈ ਨਾਟਕ ਕਰਦੀ। ਟਾਈਮ ਹੋ ਗਿਆ 1:47 ਤੇ ਤਾਂ ਕੁਛ ਨੀ ਖਾਧਾ ਮੈਂ, ਤੇ ਲੇਟ ਉੱਠਿਆ। ਮੈਂ ਫੋਨ ਕਰਤਾ ਕੁਲਚਾ ਖਾਣਾ, ਕੁਲਚਾ ਜਦੋਂ ਇਹਦੀ ਛੁੱਟੀ ਹੁੰਦੀ ਮੈਨੂੰ ਫੋਨ ਲਾ ਦਿੰਦੀ ਨਾਲ ਹੀ, ਅੱਜ ਇੱਧਰ ਜਾਣਾ ਉੱਧਰ ਜਾਣਾ, ਇਹ ਖਾਣਾ ਉਹ ਖਾਣਾ। ਛੁੱਟੀ ਹੁੰਦੀ ਹੈ ਮੇਰੇ ਕੋ ਘੁੰਮਣਾ ਹੁੰਦਾ ਹੈ, ਮੈਂ ਪੂਰਾ ਦਿਨ ਉਸ 10x10 ਕੇ ਕਮਰੇ ਮੇ ਬੈਠ ਕੇ ਥੱਕ ਜਾਤੀ ਹੂੰ। 10x10 ਨਹੀਂ, 12x12 ਹੋਗਾ ਵੋ ਸਾਤ ਕਾ ਕਮਰਾ ਵੱਡਾ ਵਾ, ਕਮਰਾ ਵੱਡਾ ਨਹੀਂ ਬਹੁਤ ਛੋਟਾ ਹੈ, ਇੱਕ ਵਿੰਡੋ ਵੀ ਨਹੀਂ ਹੈ। ਮੈਂ ਲੰਚ ਕਰਕੇ ਕੱਲ ਬਾਹਰ ਆਈ ਤਾਂ ਮੈਨੂੰ ਪਤਾ ਲੱਗਿਆ ਮੀਂਹ ਪੈ ਰਿਹਾ। ਜਿਹੜੇ ਜਿੱਥੇ ਆਪਾਂ ਆਫਿਸ ਹੈ ਤੁਹਾਡਾ ਬਹੁਤ ਵੱਡਾ ਯਾਰ, ਜਿੱਥੇ ਆਪਾਂ ਵਰਕਿੰਗ ਕਰਦੇ ਆ ਉਹ ਵਾਲਾ ਏਰੀਆ ਬਹੁਤ ਛੋਟਾ ਹੈ। ਮਤਲਬ ਸਿਟਿੰਗ ਬਣਾਈ ਹੋਈ ਹੈ ਉਹਨਾਂ ਨੇ 6 ਬੰਦਿਆਂ ਦੀ, ਹਾਂ, ਤੇ ਉਧਰ ਕੋਈ ਵਿੰਡੋ ਨਹੀਂ, ਬਾਹਰ ਆਂਧੀ ਤੂਫਾਨ ਬਿਜਲੀ। ਏਸੀ ਤਾਂ ਲੱਗਾ ਨਾ? ਆਹੋ, ਉਹ ਏਸੀ ਨਾ ਲੱਗਾ ਮੈਂ ਤਾਂ ਛੱਡ ਛੁੱਟਾ, ਮੈਂ ਤਾਂ ਪਾਗਲ ਹੋ ਜਾਣਾ। ਆ ਵੇਲੋ ਇਹ ਹਾਲ ਹੈ, ਕਹਿੰਦੀ ਏਸੀ ਨਾ ਲੱਗਣਾ ਛੱਡਣਾ, ਕਈ ਵਾਰ ਏਸੀ ਤੋਂ ਬਿਨਾਂ ਵੀ ਰਹਿਣਾ ਚਾਹੀਦਾ। ਇਹਨੂੰ ਸਮਝਾਓ ਕੋਈ, ਸਾਡੇ ਕੋਲ ਵੀ ਨਹੀਂ ਹੁੰਦਾ ਸੀ ਪਹਿਲਾਂ ਏਸੀ, ਆਪਾਂ ਵੀ ਬਾਅਦ ਚ ਜਾ ਕੇ ਏਸੀ ਸਾਡੇ ਕੋਲ ਕਿਹੜਾ ਹੁੰਦਾ ਸੀ, ਇਹ ਸਾਡੇ ਕੋਈ ਕੂਲਰ ਹੀ ਹੁੰਦਾ ਸੀ ਪਹਿਲਾਂ। ਆਹੋ, ਸਾਡੇ ਕੋਲ ਵੀ ਕੂਲਰ ਹੁੰਦਾ ਸੀ, ਏਸੀ ਤਾਂ ਬਾਅਦ ਚ ਲਵਾਇਆ, ਇਹ ਜੋ ਘਰ ਚੇਂਜ ਕੀਤਾ ਸੀ ਉਦੋਂ ਏਸੀ ਲਵਾਇਆ ਸੀ। ਆਹੋ, ਬਟ ਗੱਲ ਇਹ ਕਿ ਹੁਣ ਨਾ ਸਾਡੀਆਂ ਆਦਤਾਂ ਵਿਗੜ ਗਈਆਂ ਨੇ, ਆਪਾਂ ਪਹਿਲੇ ਵਰਗੇ ਨਹੀਂ ਰਹੇ, ਤੇ ਹੁਣ ਸਾਨੂੰ ਏਸੀ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਸਾਡੇ। ਜੋਰ ਦੀ ਮਾਰ ਚ ਪੇੜਾ ਆਪਣੇ ਮੂੰਹ ਤੇ ਵੀ ਮਾਰ ਚਾਰ ਪੰਜ ਇਕੱਠੀਆਂ ਨਾ ਚ ਪੇੜਾ ਮਾਰ ਤੋ ਠੀਕ ਆ ਤੇ ਚਲੋ ਮਿੱਤਰੋ ਚੱਲਦੇ ਆ ਕੁਲਚਾ ਖਾਣ ਤੇ ਅੱਜ ਦਾ ਵਲੌਗ ਮੈਂ ਕਿਹਾ ਸੀ ਇਹਨਾਂ ਨੂੰ ਕਿ ਮੈਨੂੰ ਨਿਊਟਰੀ ਕੁਲਚਾ ਖਵਾ ਦਿਓ। ਦੁਬਾਰਾ ਖਾ ਸਕੇ ਬੰਦਾ, ਇਸ ਕਰਕੇ ਤੈਨੂੰ ਮਨਾ ਕੀਤਾ ਮੈਂ। ਨਾਲੇ ਅੱਜ ਵਲੌਗ ਤਾਂ ਸਟਾਰਟ ਕਰ ਲਿਆ, ਪਤਾ ਨੀ ਦੇਖੋ ਵਲੌਗ ਕੀ ਬਣਦਾ। ਇੱਧਰ ਉੱਧਰ ਜਾ ਰਹੇ ਆ, ਬਾਕੀ ਮਾਸੀ ਦਾ ਮੁੰਡਾ ਆ ਰਿਹਾ, ਫੋਨ ਆਇਆ ਮੁੰਡਾ ਮਾਸੀ ਦਾ ਇਸ ਕਮਿੰਗ ਤੇ ਆ ਰਿਹਾ, ਕਹਿੰਦਾ ਮੈਂ ਆਉਣਾ ਵਾ ਸ਼ਾਮੀ, ਤੇ ਮੈਂ ਕਿਹਾ ਚੱਲ ਆ ਜਾ, ਨਾਲੇ ਅੰਮ੍ਰਿਤਸਰ ਚੱਲ ਜਾਣਾ ਮੈਂ ਸਵੇਰੇ, ਤੇ ਦੇਖਦੇ ਹਾਂ ਜੇ ਵਲੌਗ ਨਾ ਬਣਿਆ ਹੀ ਕਲਿੱਪ ਜੋੜ ਦਾਂਗੇ ਅੰਮ੍ਰਿਤਸਰ ਲਈ ਵੀ, ਨਾਲ ਹੀ ਕਲਿੱਪ ਲਾ ਦੇਣੀ। ਨਹੀਂ ਨਹੀਂ, ਕਿਉਂ ਮੈਂ ਨਹੀਂ ਹੋਣੀ ਉਹਦੇ ਚ, ਆਪਣਾ ਹੀ ਵਲੌਗ ਬਣਾਈ ਜਾ ਰਹੇ ਹੋ, ਆਪਣਾ ਹੀ ਵਲੌਗ ਪਾਈ ਜਾ ਰਹੇ ਹੋ। ਮੈਂ ਕੀ ਕਿਹਾ, ਮੈਂ ਕਿਹਾ ਜੋੜ ਦਾਂਗਾ, ਮੈਂ ਉੱਤਰ ਲੰਗੀ ਆ ਗੱਡੀ ਚ, ਮੈਂ ਤੈਨੂੰ ਕਿਹਾ ਮੈਂ ਵਲੌਗ ਜੋੜ ਦਾਂ, ਮੈਨੂੰ ਜਾਣ ਦੋ, ਚੱਲ ਜਾ ਅੱਜ ਚੱਲ ਹੀ ਜਾ, ਮੈਨੂੰ ਜਾਣ ਦੋ, ਨਹੀਂ ਮੈਨੂੰ ਜਾਣ ਦੋ, ਮੈਨੂੰ ਰੋਕੋ, ਮੈਨੂੰ ਰੋਕੋ ਨਾ, ਜੇ ਆ ਖਰਾਬ ਹੋ ਗਿਆ ਨਾ ਤੇਰੇ ਚ ਪੇੜਾ ਕਰਾਣੀ ਹੈ ਮੈਂ, ਰੋਲਾ ਪਾਇਆ ਤਾਂ। ਚਲੋ ਮਿੱਤਰੋ, ਤੇ ਕੁਲਚਾ ਖਾਣ ਚੱਲੀਏ, ਤੇ ਉਸ ਤੋਂ ਬਾਅਦ ਦੇਖਦੇ ਹਾਂ ਕੀ ਮਾਹੌਲ ਚੱਲ ਪਾਉਂਦਾ। ਕਿੱਥੇ ਆਪਾਂ ਫੋਟੋ ਪਾਸਪੋਰਟ ਸਾਈਜ਼ ਫੋਟੋ ਵੀ ਕਰਾਉਣੀ ਤੇਰੀ ਇੱਕ ਵਾਰੀ ਫਿਰ, ਜਿਹੜੀਆਂ ਪੁਰਾਣੀਆਂ ਫੋਟੋਆਂ ਸੀ ਗਵਾਤੀਆਂ ਤੇ ਹੁਣ ਆਫਿਸ 'ਚ ਵੀ ਫੋਟੋਆਂ ਚਾਹੀਦੀਆਂ ਤੇ ਹੋਰ ਵੀ ਕਿਤੇ ਚਾਹੀਦੀਆਂ ਫੋਟੋਆਂ, ਤੇ ਇਸ ਕਰਕੇ ਮੈਂ ਰੱਖੂੰਗਾ ਆਪਣੇ ਕੋਲ, ਪਤਾ ਨੀ ਕਿੱਥੇ ਰੱਖਤੀ।
ਮੈਨੂੰ ਥੋੜੀ ਫੋਟੋਆਂ ਤੂੰ ਦਿੱਤੀਆਂ ਵਾ, ਮੈਨੂੰ ਥੋੜੀ ਦਿੱਤੀਆਂ ਤੂੰ ਫੋਟੋਆਂ। ਓਕੇ ਬਾਏ। ਨਜਾਇਜ਼ ਹੀ ਬੇਇੱਜ਼ਤੀ ਰਹਿੰਦੀ ਆ ਹਰ ਗੱਲ ਤੇ, ਇਹ ਹਾਲ ਹੈ ਇਹਦੇ। ਚਲੋ ਮਿੱਤਰੋ ਚੱਲਦੇ ਆ। ਹੁਣ ਆ ਗਿਆ ਆ ਵੇਖੋ, ਸਵੇਰੇ ਸਵੇਰੇ ਕੋਕ ਪੀ ਰਹੀ, ਕਿਆ ਮੈਂ ਤੇ ਲੱਸੀ ਮੰਗਾਈ ਹੈ, ਕੋਕ ਪੀ ਰਹੀ ਹੈ। ਗਲਤ ਗੱਲ ਹੈ ਨਹੀਂ, ਸਵੇਰੇ ਸਵੇਰੇ ਕੋਕਾ ਕੋਲਾ ਨਹੀਂ ਪੀਣੀ ਚਾਹੀਦੀ ਨਾ, ਕੁਲਚਾ ਤੇ ਚੱਲ ਸਹੀ ਆ। ਆ ਤੇਰੇ ਡਾਇਟ ਵਾਲੇ ਵਲੌਗ ਤਿੰਨ ਚਾਰ ਲਾਂਗੇ ਜਿੱਤ ਨਜ਼ਾਰਾ ਲੱਸੀ। ਤੂੰ ਆਪਣੀ ਕੋਕਾ ਕੋਲਾ ਪੀ, ਮੈਂ ਆਪਣੀ ਲੱਸੀ ਪੀਊਂਗਾ। ਨਾ ਨਾ ਇੱਥੇ ਹੀ ਦੇਖ, ਇੱਥੇ ਹੀ ਦੇਖ। ਮੇਰੀ ਗੱਲ ਸੁਣ ਲਾ ਪਹਿਲਾਂ ਹੀ, ਮੇਰੀ ਲੱਸੀ ਫੜਾ ਇੱਧਰ। ਆਹ ਚੈੱਕ ਕਰੋ ਮਿੱਤਰੋ, ਇੱਕ ਚੀਜ਼ ਚੈੱਕ ਕਰਾਂ ਤੁਹਾਨੂੰ। ਆਹ ਵੇਖੋ ਛੋਟੇ ਛੋਟੇ ਬੱਚੇ ਕੀ ਕਰੀ ਜਾਂਦੇ। ਆਹ ਵੇਖੋ ਕਿੱਥੇ ਚੜੇ ਬਾਬੇ, ਕੁਛ ਖਾ ਰਹੇ। ਮੈਂ ਇਹਨਾਂ ਦੀ ਉਮਰ ਚ ਪਤਾ ਨਹੀਂ ਕਿੱਥੇ ਧੱਕੇ ਖਾ ਰਹੇ ਸੀ। ਭਰਾਵਾ ਕਿਆ ਕਰ ਰਹੇ ਹੋ ਇਤਨੀ ਉੱਪਰ ਚੜ ਕੇ, ਹੈਂ ਗਿਰ ਜਾਓਗੇ, ਚੋਟ ਵੋਟ ਲੱਗ ਜਾਏਗੀ। ਕਿਆ ਹੁਆ, ਰੋਨਾ ਮਤ, ਮੈਂ ਜਾ ਰਹਾ ਹੂੰ। ਅਰੇ ਗਿਰ ਮਤ ਜਾਣਾ, ਕਿਆ ਕਰ ਰਹੇ ਹੋ, ਬੇਰ ਤੋੜ ਰਹੇ ਹੋ ਬੇਰ, ਹੈਂ ਪੋਟੀ ਕਰ ਰਹੇ ਥੇ ਇਤਨੀ ਉੱਪਰ। ਅਰੇ ਧਿਆਨ ਸੇ ਆਨਾ, ਧਿਆਨ ਸੇ, ਠੀਕ ਹੈ, ਗਿਰ ਮਤ ਜਾਣਾ। ਦੇ ਦੋ ਇੱਕ, ਦੇ ਦੋ ਇੱਕ, ਦੇ ਦੋ। ਅਰੇ ਨਹੀਂ ਨਹੀਂ, ਤੋੜਨਾ ਦੇ ਉਸਕੋ, ਇੱਕ ਇੱਕ, ਧਿਆਨ ਧਿਆਨ ਸੇ ਤੋੜਨਾ, ਠੀਕ ਹੈ, ਧਿਆਨ ਸੇ ਆਨਾ, ਗਿਰ ਮਤ ਜਾਣਾ। ਦੇ ਰਹੀ ਹੈ ਯਾਰ, ਬਸ ਲਿਖ ਦੇ। ਅਰੇ ਨਹੀਂ ਤੂੰ ਪਾਗਲ ਹੈ, ਕਿਉਂ ਉਸ ਉਹਨੇ ਆਪਣੇ ਹੀ ਤੋੜਿਆ ਨਾ, ਤੂੰ ਕਿਉਂ ਲੈ ਗਈ। ਹਾਂਜੀ ਮੈਡਮ ਜੀ, ਓਕੇ ਆ। ਆ ਬੂਹਾ ਬੰਦ ਕਰ, ਪਹਿਲਾਂ ਪੂਰੀ ਖਿੜਕੀ ਬੰਦ ਕਰ, ਏਸੀ। ਬੂਹਾ ਕੀ ਹੁੰਦਾ ਹੈ? ਆ ਕੂਲਿੰਗ ਵਾ ਚੱਲ ਜਾਣੀ ਹੈ ਸਾਰੀ। ਰੋ ਪੀ ਲਈਏ, ਮੈਂ ਕਿਹਾ ਦਾਦੀਏ ਰੋ ਪੀ ਲਈਏ ਮਿੱਤਰੋ। ਓਕੇ ਰੋਡ ਆ ਹਨਾ, ਤੂੰ ਮੈਨੂੰ ਯਾਦ ਕਰਾ ਤਾ ਰਸਤੇ 'ਚ, ਨਹੀਂ ਤਾਂ ਮੈਂ ਰੋਕਣੀ ਨਹੀਂ ਸਿੱਧੀ ਗੱਡੀ, ਮੈਂ ਜਾਣ ਦੇ ਹੁਣ। ਮੈਨੂੰ ਪਤਾ ਸੀ, ਇਸ ਕਰਕੇ ਮੈਂ ਜਾਣ ਮੁੱਚ ਕੇ ਯਾਦ ਕਰਾਇਆ ਕਿ ਆਪਕੇ ਮਨ ਮੈਂ ਵੀ ਲਾਲਚ ਉੱਠੇ, ਕਿਉਂਕਿ ਯਹਾਂ ਕਾ ਜੋ ਰੋ ਹੋਤੀ ਹੈ ਵੋ ਬਹੁਤ ਟੇਸਟੀ ਹੋਤੀ ਹੈ। ਵਾਹ ਤੇਰੇ, ਵਾਹ ਤੇਰੀ ਲੈਂਗੁਏਜ ਦੇ। ਅੱਜ ਆਂਟੀਆਂ ਵਾਲਾ ਪਰਸ ਨਹੀਂ ਲੈ ਕੇ ਆਈ ਤੂੰ? ਅੱਜ ਮੈਂ ਅੱਛਾ ਵਾਲਾ। ਤੇ ਮਿੱਤਰੋ ਤਿਆਰ ਸ਼ਿਆਰ ਹੋ ਕੇ ਨਿਕਲ ਚੁੱਕੇ ਆ, ਤੇ ਕੱਪੜੇ ਵੈਸੇ ਜ਼ਿਆਦਾਤਰ ਅਸੀਂ ਮੈਚਿੰਗ ਹੀ ਪਾਏ ਆ ਨਾ, ਮੈਚਿੰਗ ਹੀ ਆ ਵੈਸੇ ਤਾਂ, ਤੇ ਚਲੋ ਕੋਈ ਚੱਕਰ ਨਹੀਂ, ਗਲਤੀ ਨਾ ਹੋ ਗਿਆ ਮੈਚਿੰਗ। ਤੇ ਮਾਸੀ ਦਾ ਮੁੰਡਾ ਤੁਹਾਨੂੰ ਦੱਸਿਆ ਆ ਰਿਹਾ, ਬਸ ਪਹੁੰਚਣ ਲੱਗਾ, ਤੇ ਉਸ ਤੋਂ ਬਾਅਦ ਸ਼ਾਇਦ ਪਲੈਨ ਬਣਦੇ ਕਿ ਪਤਾ ਅੱਜ ਨਿਕਲ ਜਾਊਂ ਅੰਮ੍ਰਿਤਸਰ ਜੇ ਆ ਗਿਆ ਜਲਦੀ, ਨਹੀਂ ਤਾਂ ਫਿਰ ਤਾਂ ਕੱਲ੍ਹ ਸਵੇਰੇ ਜਾਵਾਂਗੇ। ਵਲੌਗ ਕੰਟੀਨਿਊ ਰੱਖਣਾ ਸੀ, ਅਤੇ ਫੋਟੋਆਂ ਵੀ ਕਰਾਉਣ ਜਾਣੀਆਂ ਸੀ ਅਸੀਂ ਆਉਣ ਤੋਂ ਪਹਿਲਾਂ, ਉਹਦੇ ਉਹਦੇ ਆਉਣ ਤੋਂ ਪਹਿਲਾਂ ਫੋਟੋ ਕਰਾਉਣੀ। ਛੇਤੀ ਨਿਕਲੋ, ਛੇਤੀ ਜਾਓ, ਦੋ ਚਾਰ ਵੀਡੀਓ ਬਣਾ ਲਈਏ ਅਤੇ ਉਸ ਤੋਂ ਬਾਅਦ ਫਿਰ ਨਿਕਲਦੇ ਹਾਂ, ਠੀਕ ਆ? ਛੇਤੀ ਜਾਓ, ਮੈਂ ਕਹਿੰਦੀ ਹੁਣ ਵੀਡੀਓ ਵੀ ਛੱਡੋ, ਤੁਸੀਂ ਘਰ ਭੱਜੋ। ਫਿਰ ਬਾਅਦ 'ਚ ਤੂੰ ਹੀ ਫੋਨ ਕਰਦਾ,
ਮੇਰਾ ਦਿਲ ਨੀ ਲੱਗਦਾ, ਮੇਰਾ ਦਿਲ ਨੀ ਆਫਿਸ ਵਿੱਚ ਲੱਗਦਾ, ਨੀ ਕੰਪਿਊਟਰ ਚ ਤੂੰ ਦਿਸਦਾ ਸੋਹਣਿਆ। ਫਿਰ ਘਰੇ ਜਾਵਾਂ, ਇਹ ਕਲੇਸ਼ ਦਾ ਘਰ ਆ, ਤੁਹਾਨੂੰ ਪਤਾ ਹੀ ਆ, ਫੋਨ ਕਰੀ ਜਾਊਗੀ ਕਦੋਂ ਆਉਣਾ ਕਦੋਂ ਆਉਣਾ, ਜੇ ਮੈਂ ਇੱਧਰ ਆਏ ਨਾ ਫਿਰ ਲੜਦੀ ਰਹਿੰਦੀ ਆ, ਫਿਰ ਜਦੋਂ ਮੈਂ ਘਰੇ ਜਾ ਜਾਣਾ ਕਦੋਂ ਆਉਣਾ ਕਦੋਂ ਆਉਣਾ। ਅੱਛਾ ਮੈਂ ਨਾ ਆਪ ਸਭ ਸੇ ਕੁਐਸਚਨ ਪੁੱਛ, ਆਪ ਦੋਨੋਂ, ਆਪ ਦੋਨੋਂ ਕਿਹੜੇ ਦੋਨੋਂ? ਨਹੀਂ ਨਹੀਂ ਮਤਲਬ ਆਪ ਲੋਗ ਬਤਾ ਨਾ, ਹਮ ਦੋਨੋਂ ਵਿੱਚ ਕੌਣ ਜ਼ਿਆਦਾ ਲੜਾਕੂ ਲੱਗਦਾ ਹੈ? ਯੇ ਨਾ ਜੋ ਹੈ ਹੀ ਬਚਪਨ ਸੇ ਲੜਾਕੂ, ਜੋ ਹੁੰਦਾ ਉਹ ਦਿਸਦਾ ਨਹੀਂ ਕਦੀ, ਠੀਕ ਹੈ ਨਾ? ਹਾਂ ਕਮੈਂਟ ਕਰਕੇ ਦੱਸੋ ਦੋਵਾਂ ਚ ਕੌਣ ਜ਼ਿਆਦਾ ਤੇਜ ਲੱਗਦਾ, ਮਤਲਬ ਲੜਾਕਾ ਕੌਣ ਹੈ? ਠੀਕ ਆ, ਤੇਜ ਕਿਆ ਤੇਜ ਲੜਕਾ, ਮਤਲਬ ਆਪਣਾ ਇਸ਼ਾਰਾ ਤੂੰ ਆਪਣੇ ਤੇ ਦੇਤਾ ਪਹਿਲਾਂ ਹੀ। ਅੱਛਾ ਜੋ ਜ਼ਿਆਦਾ ਬੜਬੋਲਾ ਹੁੰਦਾ ਹੈ ਨਾ, ਵੋ ਦਿਲ ਕਾ ਅੱਛਾ ਹੁੰਦਾ, ਵੋ ਆਪਣੇ ਮਨ ਮੇਂ ਕੁਛ ਨਹੀਂ ਰਹਿਤਾ। ਹਾਂ ਤੇ ਮੈਂ ਤਾਂ ਤੇਰੇ ਮੂੰਹ ਤੇ ਗੱਲ ਕਰ ਦਿੰਦਾ, ਉਹ ਤੈਨੂੰ ਗੁੱਸਾ ਲੱਗਦੀ ਆ। ਮੈਂ ਕਰਦੀ ਆ ਮੂੰਹ ਤੇ ਗੱਲ, ਨੰਬਰ ਬਣਾਉਂਦੀ ਕਿਵੇਂ? ਉਹ ਉਹਨਾਂ ਨੂੰ ਪਤਾ, ਉਹਨਾਂ ਨੂੰ ਦੱਸਣ ਦੀ ਸਾਨੂੰ ਲੋੜ ਹੀ ਨਹੀਂ, ਉਹ ਆਪੇ ਦੱਸ ਦੇਣਗੇ। ਹੈਲੋ ਗਾਇਸ, ਸੇਬ ਖਾ ਲੋ ਗਾਇਸ। ਨਮਸਕਾਰ ਬਾਬਾ ਜੀ, ਗੁੱਡ ਮਾਰਨਿੰਗ ਹੋਗੀ ਭਾਜੀ ਤੁਹਾਡੀ, ਕੀ ਗੱਲ ਆ? ਅੱਜ ਗੁੱਡ ਮਾਰਨਿੰਗ ਲੇਟ ਹੋਈ ਆ, ਦਿਮਾਗ ਖਰਾਬ ਹੋ ਗਿਆ ਉਦਾਂ ਦੇ ਕਰੇ ਸੀ। ਅੱਧੀ ਰਾਤ ਨੂੰ ਬਾਬੇ ਡਬਿੰਗ ਕਰਦੇ ਕਰਦੇ ਸ਼ੂਟ ਕੀਤਾ, ਮੈਂ ਫਿਰ ਸਟੋਰੀਆਂ ਵੇਖੀਆਂ, ਗਾਣਾ ਬਣਿਆ ਵੀ ਨਹੀਂ ਕਿਤੇ, ਵਾਈ ਵਾਈ ਗਾਣਾ ਬਣਿਆ ਨਹੀਂ। ਹਾਂ ਮੇਰੇ ਦੋ ਪਹਿਲੇ ਹੋਏ ਪਏ ਸੀ, ਹਾਂ ਤੀਜਾ ਕਾਟਰ ਭਾਈ ਨੇ ਕੀਤਾ, ਚੌਥਾ ਸੰਧੂ ਭਾਈ ਨੇ ਕਰਤਾ। ਹੋਰ ਕੀ ਬਾਤ, ਮੈਂ ਸਵੇਰ ਸਟੋਰੀਆਂ ਵੇਖੀਆਂ, ਮੈਂ ਕਿਹਾ ਇਹ ਕੀ ਹੋ ਗਈ, ਕਿਆ ਸਾਰੀ ਰਾਤ ਕੀ ਕੀਤਾ ਇਹਨਾਂ ਨੇ, ਗੱਲ ਕੀ ਏ, ਕਿਉਂ ਭਰਿਆ ਹੈ ਸ਼ੂਟ ਕਰਕੇ? ਉਹ ਭਰਿਆ ਬਸ ਠੀਕ ਆ, ਓਕੇ ਇੱਦਾਂ ਹੀ ਆ। ਮੈਂ ਮੈਨੂੰ ਪੱਕਾ, ਮੈਂ ਕਿਹਾ ਸਾਜਨ ਦਾ ਦਿਮਾਗ ਚ ਲਿਆਣਾ ਇਹ ਕੰਨਾਂ ਵਾਲਾ, ਇਹ ਦਿਮਾਗ ਹੀ ਤਾਂ ਇੱਦਾਂ ਦਾ ਵਾ, ਇੱਕੋ ਦਮ ਕਰਦਾ ਹੁੰਦਾ ਜੋ ਕਰਦਾ। ਮੇਰਾ ਫੇਲ ਹੋ ਗਿਆ, ਸਟੋਰੀ ਬੇਸ ਬਣਾਤਾ ਸਾਰਾ ਗਾਣਾ, ਘਰ ਬਣਾਉਣ ਤੇ ਘਰ ਵਿਗਾੜਨ ਚ ਦੋਨੇ ਜੱਤ ਹੁੰਦਾ ਕੁੜੀਆਂ ਦਾ, ਕਈ ਕਈ ਕਹਿ ਸਕਦੇ ਆ, ਮਤਲਬ ਕਈ ਨਹੀਂ ਵੀ ਹੁੰਦੀਆਂ ਨਾ ਸਾਡੇ, ਆ ਹੁਣ ਛੋਟਾ ਹੈ ਹੀ ਨਹੀਂ ਸੀ, ਹੁਣ ਮੈਂ ਕੀ ਕਰਾਂ, ਵਾਸੂ ਦੇ ਮਾਰਵੇ ਇਸੇ ਨਾਲ ਹੀ, ਇਸੇ ਨਾਲ ਹੀ ਵਾਸੂ ਕੁੱਟਣਾ ਆ ਅੱਜ ਆਪਾਂ। ਨਾ ਨਾ ਇਹਦੇ ਨਾਲ ਕੀ ਹੁੰਦਾ ਹੈ? ਨਾ ਉਹ ਵੇ ਗੱਡੀ ਉਧਰੋਂ ਜਦੋਂ ਪੈਂਚਰ ਹੋਣੀ ਆਹੀ ਕੰਮ ਆਣਾ, ਉਹ ਐ ਫੜ ਕੇ ਨਾ ਵਾਸੂ ਨੂੰ, ਤੁਸੀਂ ਐ ਫੜ ਕੇ ਕੰਮ ਆਣਾ, ਹੁਣ ਤੂੰ ਉਹ ਪੈਂਚਰ ਨਾ ਕਰਾ ਦੀ ਸੱਚੀ ਗੱਡੀ। ਮਾਸੀ ਦਾ ਮੁੰਡਾ ਕਹਿੰਦੇ ਆ ਗਿਆ ਮਿੱਤਰੋ, ਹੋਰ ਫਿਰ ਯਾਦਾਂ ਆਉਂਦੀਆਂ ਰਹਿਣਗੀਆਂ। ਮਾਸੀ ਦਾ ਮੁੰਡਾ ਕਹਿੰਦੇ ਬੈਗ ਆ, ਬੈਗ ਚੰਡੀਗੜ੍ਹ ਟੂ ਮੱਚ ਇੰਗਲਿਸ਼। ਹੈਲੋ ਭਈਆ, ਕੈਸੇ ਹੋ? ਹੋਰ ਫਿਰ ਮਾਸੇ ਦੇ ਮੁੰਡੇ ਕਿੱਥੇ ਘੁਮਾਈਏ ਫਿਰ ਤੈਨੂੰ? ਹੈ ਜੇ ਮਰਜੀ ਭੁੱਖ ਲੱਗੀ ਬੱਚੇ ਕੁਝ ਖਾ ਗਈ। ਅੱਛਾ ਭੁੱਖ ਲੱਗੀ ਆਂਦੇ ਹੀ, ਮਤਲਬ ਵੱਡਾ ਸਫ਼ਰ ਕਰਕੇ ਆਇਆ ਮੁੰਡੇ ਨੂੰ ਭੁੱਖ ਲੱਗ ਗਈ ਹੈ। ਘੰਟੇ ਲੱਗੇ ਮੈਨੂੰ, ਅੱਧਾ ਘੰਟਾ ਤੂੰ ਮੈਨੂੰ ਵੇਟ ਕਰਾਤੀ ਉੱਥੇ। ਓਏ ਆ ਸੱਚ, ਮਾਸੀ ਦੇ ਮੁੰਡੇ ਨੂੰ ਸੁਪਨੇ ਪਾਇਆ ਸੀ ਬੱਸ ਸਟੈਂਡ ਤੇ, ਅੱਜ ਬਹੁਤ ਲੰਬਾ, ਉਹਦੇ ਲਈ ਮਾਸੀ ਦੇ ਮੁੰਡੇ ਨੂੰ ਸੌਰੀ ਹੈ, ਕਿਉਂਕਿ ਕਹਿੰਦੇ ਆਪਾਂ ਬਹੁਤ ਦੂਰੋਂ ਆਏ ਵੀਰ ਜੀ ਆਪਾਂ। ਅੱਛਾ ਅੱਜ ਵਲੌਗ ਬਣ ਰਿਹਾ ਹੈ? ਮੈਂ ਕਿਹਾ ਵਲੌਗ ਬਣਾ ਲਈਏ, ਮਾਸੀ ਦਾ ਮੁੰਡਾ ਆ ਰਿਹਾ ਹੈ। ਯੈਸ, ਤੇ ਉੱਪਰ ਪਰਛਾਈ ਵੇ। ਕਿਆ ਬਾਤ ਹੈ, ਓਕੇ ਰਿਪੋਰਟ ਆ। ਵਲੌਗ ਦੇ ਚੱਕਰਾਂ ਨੂੰ ਚਲਾਣ ਨਾ ਹੋਏ, ਬਸ ਚਲੀਏ। ਤੇ ਕਿੱਥੇ ਹੁਣ ਖਾਣਾ ਪੀਣਾ ਪਹਿਲਾਂ? ਯੈਸ ਯੈਸ, ਕੁਝ ਖਾ ਲਈਏ। ਮੇਰੀ ਫੋਟੋ ਕਰਾ ਦਿਓ, ਇਹਦੀ ਫੋਟੋ ਵੀ ਕਰਾਉਣੀ ਹੈ, ਉੱਥੇ ਵੀ ਜਾਣਾ 2 ਮਿੰਟ। ਪਾਸਪੋਰਟ ਇਹ ਕਿੱਥੇ ਲੱਗਣੀ ਫੋਟੋ? ਆਫਿਸ ਚਾਹੀਦੀ ਆ, ਆਫਿਸ ਲਈ ਚਾਹੀਦੀ ਇਹਨੂੰ, ਆਫਿਸ ਲਈ। ਤੇ ਨਾਲ ਹੋਰ ਕਿੱਥੇ ਜਾਣਾ ਸੀ ਯਾਰ, ਮੈਨੂੰ ਯਾਦ ਭੁੱਲ ਗਿਆ।
ਉਹ ਸੱਚ ਮਾਸੀ ਦੇ ਮੁੰਡੇ ਨੂੰ ਮੁਬਾਰਕਾਂ ਦੋ ਪਹਿਲਾਂ ਤਾਂ ਸਾਰੇ ਏਸੀ ਲਵਾ ਲਿਆ ਕਹਿੰਦੇ ਮੁਬਾਰਕਾਂ ਹੋਰ ਕੋਈ ਯਾਦ ਕਰ ਲਾ ਕੁਛ ਰਹਿ ਗਿਆ ਬਾਕੀ ਦੱਸਦਾ ਬਾਅਦ ਚ ਯਾਦ ਕਰਕੇ ਚਲੋ ਚੰਗਾ ਮਿੱਤਰੋ ਚੱਲਦੇ ਆ ਖਾਣ ਪੀਣ ਸਾਡੀ ਸਾਰੀ ਚਾਂਪ ਖਾ ਗਈ ਹੁਣ ਤੇ ਨੂਡਲ ਖਾਏ ਨੇ ਸਾਰੇ ਦੇਖੀ ਜਾ ਇੱਕ ਪੀਸ ਨਹੀਂ ਖਾਧਾ ਤੂੰ ਸਾਰੀ ਚਾਂਪ ਖਾਧੀ ਤੂੰ ਹਾਂ ਹੁਣ ਦੇ ਨੂਡਲ ਨਹੀਂ ਬਚਣੇ ਤੇਰੇ ਦੇਖੀ ਜਾ ਹੁਣ ਸਾਰੇ ਖਾਏ ਨੇ ਮਾਸੀ ਹੁਣੇ ਆਰਾਮ ਨਾਲ ਕਾਹ ਤੇਰੀ ਆ ਸਾਰੀ ਆਰਾਮ ਨਾਲ ਗੁੱਡ ਮਾਰਨਿੰਗ ਮਾਸੀ ਦੇ ਮੁੰਡੇ ਗਾਣੇ ਬੰਦ ਕਰਦੇ ਕੋਪੀਰਾਈਟ ਆ ਜਾਣਾ ਵੀਰ ਇਹ ਸਵੇਰੇ ਸਵੇਰੇ ਮਾਸੀ ਦੇ ਮੁੰਡੇ ਠਾਤਾ ਮੈਂ ਮਾਮਾ 12:30 ਉੱਠਦਾ ਇੱਕ ਵਜੇ ਤੱਕ ਇਹ ਸਵੇਰ ਦੀਆਂ ਰੀਲਾਂ ਵੇਖਣ ਲੱਗਾ ਇਹ ਪਤਾ ਨਹੀਂ ਕਿਹੜਾ ਚਾਹ ਬਲੌਗ ਦੇਖਣ ਦਿਆ ਸਵੇਰ ਦੀਆਂ ਤੇ ਰੀਲਾਂ ਵੀ ਆਵਾਜ਼ ਬੂਜ ਆਉਂਦੀ ਮੈਨੂੰ ਪਤਾ ਨਹੀਂ ਅਸੀਂ ਕੈਬ ਕੀਤੀ ਸੀ ਉਹ ਕਿੱਥੇ ਗਈ ਕਿਹੜੀ ਬਲਾ ਬਲਾ ਮੈਂ ਪਹਿਲੀ ਵਾਰੀ ਚੱਲਾ ਬਲਾ ਬਲਾ ਦੇ ਤੇ ਕੀ ਕਹਿੰਦੇ ਆ ਇਹਨੇ ਉਹ ਕੀਤੀ ਉਹ 7 ਵਜੇ ਦਾ ਫੋਨ ਆ ਗਿਆ ਸਵੇਰੇ 7 ਵਜੇ ਆਇਆ 5 ਵਜੇ ਫੋਨ ਕਰਤਾ ਉਹਨੇ ਇਹਨੇ ਗਲਤ ਕਰਦੀ ਆਪਾਂ ਜਾਣਾ ਸੀ ਸ਼ਾਮੀ ਇਹਨੇ ਸਵੇਰ ਦੀ ਕਰਦੀ ਬੁੱਕ ਸਵੇਰੇ 5 ਵਜੇ ਦੀ ਉਹਦਾ ਫੋਨ ਆ ਗਿਆ ਕਹਿੰਦਾ ਭਾਈ ਤੁਸੀਂ ਮੇਰੀ 2 ਰਾਈਡਾਂ ਕੈਂਸਲ ਕਰਾ ਦਿੱਤੀ ਤੁਸੀਂ ਮੇਰੀ 2 ਸੀਟਾਂ ਖਰਾਬ ਕਰਤੀਆਂ ਕਹਿੰਦਾ ਉਹ ਤਾਂ ਅੱਗੇ ਖਾਲੀ ਸੀ ਉਹਨੂੰ ਕੋਈ ਖਰਾਬ ਕਿਹੜੀ ਕਰਾਈ ਆ ਹੋਰ ਕੀ ਉਹ ਤਾਂ ਅੱਗੇ ਖਾਲੀ ਸੀ ਹੁਣ ਅਸੀਂ ਪੀਣੀ ਹੈ ਲੱਸੀ ਲੱਸੀ ਕੱਢ ਫਿਰ ਲੱਸੀ ਪੀਜੀ ਉੱਧਰੋਂ ਬੇਰਕਾ ਦੀ ਲੱਸੀ ਲਿਆਂਦੀ ਵੀਰ ਜੀ ਮਾੜੀ ਮੋਟੀ ਗੱਲ ਆ 10 ਰੁਪਏ ਖਰਚੇ ਅਸੀਂ ਓਏ ਹੋਏ ਹੋਏ ਵੈ ਅੱਜ ਗਰਮੀ ਤੇ ਹੈ ਨਹੀਂ ਤੇ ਫੇਰ ਵੀ ਆਵਣੀ ਇੱਕ ਮਿੰਟ ਓਕੇ ਬੋਰੇ ਲੱਸੀ ਠੰਡੀ ਠੰਡੀ ਯਾਰ ਤੇ ਚਲੋ ਮਿੱਤਰੋ ਚਲੀਏ ਤੇ ਤਿਆਰ ਸ਼ਿਆਰ ਹੋਈਏ ਫੇਰ ਆਪਾਂ ਨਿਕਲਦੇ ਹਾਂ ਮੈਂ ਵੀ ਨਾ ਹੀ ਲਊਂਗਾ ਫਿਰ ਹਨਾ ਸ਼ਾਮੀ ਆਪਾਂ ਚੱਲ ਜਾਣਾ 5 ਵਜੇ ਤੁਰਾਂਗੇ ਹਨਾ ਤੇ ਫਿਰ ਆਪਾਂ ਉੱਧਰ ਮਿਲ ਲਵਾਂਗੇ ਡਰਾਈਵਰ ਨੂੰ ਤੇ ਫਿਰ ਆਪਾਂ ਘਰੇ ਚੱਲ ਜਾਣਾ ਵਾ ਇੰਨੇ ਉੱਤਰ ਜਾਣਾ ਜਲੰਧਰ ਚੱਲ ਜਾਣਾ ਤੇ ਫਿਰ ਮੈਂ ਚੱਲ ਜਾਣਾ ਅੰਮ੍ਰਿਤਸਰ 10:30 ਪਹੁੰਚ ਜਾਣਾ ਵਾ 2-3 ਦਿਨ ਬਾਅਦ ਆ ਜਾਊਂਗਾ ਤੂੰ ਵਾਪਸ ਫਿਰ ਅੰਮ੍ਰਿਤਸਰ ਆ ਜਾਊਗਾ ਬਾਕੀ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਰਾ ਵਲੌਗ ਅਸੀਂ ਗੱਡੀ 'ਚ ਕੱਢਤਾ ਬਾਕੀ ਮਜਬੂਰੀ 'ਚ ਗੱਡੀ 'ਚ ਕੱਢਣਾ ਹੀ ਪਿਆ ਕੰਟੈਂਟ ਹੈ ਨਹੀਂ ਕੋਈ ਇੱਦਾਂ ਹੀ ਫਿਰ ਬਣਾਤਾ ਬਾਕੀ ਸਪੋਰਟ ਕਰੋ ਵਧੀਆ ਵਧੀਆ ਵਲੌਗ ਹੋਰ ਵੀ ਲਿਆਵਾਂਗੇ ਨਵੇਂ ਨਵੇਂ ਕੰਟੈਂਟ ਵਧੀਆ ਵਧੀਆ ਆਉਣਗੇ ਜਲਦੀ ਜਲਦੀ ਜ਼ਿਆਦਾ ਹੀ ਵਧੀਆ ਕੰਟੈਂਟ ਆਉਣਗੇ ਬਸ ਥੋੜ੍ਹਾ ਜਿਹਾ ਸਬਰ ਰੱਖੋ ਬਸ ਬਹੁਤ ਘੈਂਟ ਘੈਂਟ ਚੀਜ਼ਾਂ ਆਪਾਂ ਅਪਲੋਡ ਕਰਾਂਗੇ ਵਧੀਆ ਵਧੀਆ ਵਲੌਗ ਅਤੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਹਾਂਜੀ ਮਿੱਤਰੋ ਤਾਂ ਕਹਿੰਦੇ ਮੁੰਡਾ ਅੰਮ੍ਰਿਤਸਰ ਪਹੁੰਚ ਗਿਆ ਅਤੇ ਮਾਂ ਦੇ ਹੱਥਾਂ ਦੀ ਆਲੂ ਲਈ ਰੋਟੀ ਆ ਨਾਲ ਖਾ ਲਗੇ ਆਪਾਂ ਦਹੀਂ ਅਤੇ ਨਾਲ ਪੀਵਾਂਗੇ ਲੱਸੀ ਅਤੇ ਕੀ ਕਹਿੰਦੇ ਆ ਮਾਸੀ ਦੇ ਮੁੰਡੇ ਨੂੰ ਵੀ ਜਲੰਧਰ ਰਾਹ ਤਾਂ ਸੀ ਰਾਹ 'ਚ ਅਤੇ ਹੁਣ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ
ਇੱਥੋਂ ਦਾ ਵਲੋਗ ਇੰਨਾ ਹੀ ਆ ਬਸ, ਬਾਕੀ ਅਗਲਾ ਵਲੋਗ ਬਣਾਉਂਦੇ ਹਾਂ, ਦੇਖਦੇ ਹਾਂ ਕੀ ਮਿਲਦਾ, ਕੰਟੈਂਟ ਵਧੀਆ ਜਿਹਾ ਉਸ ਹਿਸਾਬ ਨਾਲ ਬਣਾਉਂਦੇ ਹਾਂ, ਕਿਉਂਕਿ ਇਹ ਵਾਲਾ ਵਲੋਗ ਤਾਂ ਆਪਾਂ ਇੱਦਾਂ ਹੀ ਕੱਢਤਾ ਸੀ, ਕੋਈ ਮਨ ਨਹੀਂ ਸੀ ਸਾਡਾ। ਮੈਂ ਕਿਹਾ ਚਲੋ ਕੁਛ ਨਾ ਪਾਉਣ ਨਾਲੋਂ ਕੁਛ ਤਾਂ ਕੁਛ ਅਪਲੋਡ ਕਰ ਦਈਏ ਤਾਂ ਵਧੀਆ, ਕਿਉਂਕਿ ਪਬਲਿਕ ਵੀ ਕਹਿ ਰਹੀ ਕੋਈ ਨਾ ਕੋਈ ਅਪਲੋਡ ਕਰ ਦਿਓ। ਇਸ ਕਰਕੇ ਮੈਂ ਕਿਹਾ ਚਲੋ ਥੋੜ੍ਹਾ ਬਹੁਤਾ ਤਾਂ ਬਣਿਆ ਹੋਊਗਾ ਵਧੀਆ, ਕਿਉਂਕਿ ਮੈਨੂੰ ਲੱਗਾ ਕਿਤੇ ਨਾ ਕਿਤੇ ਕਮੀ ਸੀ ਆ ਵਲੋਗ 'ਚ, ਪਰ ਫਿਰ ਵੀ ਆਪਣੇ ਵੱਲੋਂ ਮੈਂ ਸਾਰਾ ਕੀਤਾ ਵਾ। ਬਾਕੀ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ, ਅਤੇ ਚਲੋ ਚੰਗਾ ਖਾਂਦੇ ਹਾਂ ਰੋਟੀ ਹੁਣ।